उनका नहीं किए हाथी का मुद्दा है हाथी चुकुना छोट रही है बात कुन आचे नहीं है बात बंद कर मुद्दा ही रहता करे नहीं बात हाथ का मुद्दा है कुन्ता छोट रही है बात आसमान बोले करे मेरा करी लगा मर गया था मालिक जो है वो है माजे फसने दे खड़ा ही हम ये तो ना मैं सोचा है नहीं आसीन हाथ ना आप बंद करे सारे मेरा मुक्का कर मेरा नसीब उसे बात से सामने आकर ऐसा कर दिमाग धीर उनके लिए उनके लिए पकड़ाई आ गई वो उनके लिए धीर छुड़वा नहीं वो तो मुझे नहीं उनके जैसे समाया कि कत्म जब आए कहते जी आ काम उसे तो मैंने ना भी जुड़ना तो पहले डसे हैं तेरे को पता नहीं बाप बे को मत्थे मिल लगना नहीं मेरी भेड़ माले जी बेटी बेटी थक गई है कहते मत सब बात कर दी करी तुम्हारे मजे मैं तेरी आवी याद तुम मेरा मीर तक कह दी नहीं मेरी मजे पूरी बन गई शबीरा तेरे मैं पूरी आवी तो पहले डसे हैं मैं तेरे को पेट के पूछा छोड़ा मेरी भेड़ थक गई है मेरी पर्दादार मामा बैठो दिखे सही आजादियाँ मेरी सैनिक ये तभी तो तेजी फरमाओ ये मसाले सारा कौन है इसे लाए ये मर्दा मेरे चिपके डाली है लेकिन ना वास्ते आज तो तेरे लिए नौकरी आलो आते नरीन ना कहने दुआ मांग लो मौला मेरी मजबूरी बन गई है शबीर फरमाए मेरे देर में थोड़ी है मजबूरी डस क्योंकि अब ये धीर मुझे लाई खड़िया वो तो चाहे खड़िया ओ खेते भावे सोख कर ये माता बंद कर दी सर ओ खेते भावे सोख के माता बंद कर दी सर इमाम है मेहरबानी घर या कोई दार बिया बना मैं दे गुजरन वास्ते इन सामने गुजरन वास्ते या मैंने वास्ते कोई दार बिया बना या धी को रात उठा तेरी रेत में सी मैं ही नहीं निकली मैं कोनो गुजरा ते मैं कुआं खेल जा मैं कुआं तो बाक लाग गया मैंने माँ मर गई है मैं जब कुआं तक सकी माँ मर के पाला मैं जब याद ही नहीं आमन लेती माँ ਕੋਲੋ ਗੁਦਰਾਂ ਤੇ ਮੈਂ ਨਵਾ ਕੇ ਜਾ ਮਾਂ ਹੋ ਰਿਆਂ ਤਾਂ ਮੈਂ ਗੁਲਾਲ ਖੇਡ ਦਿੰਦੇ ਆ ਮੈਂ ਸ਼ਹਿਦਾ ਤੇ ਮੈਂ ਸ਼ਹਿਦਾ ਤੇ ਇਨਾਂ ਤੋਂ ਆ ਕੇ ਦੀ ਦੀ ਨੂੰ ਅੱਜ ਨਾ ਮੇਰੇ ਕੋਲ ਜਾਤ ਪੜਨਾ ਸੀ ਬਲੋ ਮੇਰਾ ਇਸ ਦੌਰ ਦੇ ਵਿੱਚ ਸਰਕਾਰ ਦੇ ਕੰਮ ਵਿੱਚ ਰੋਣਾ ਲਿਆ ਉਹ ਕਦੋਂ ਨੇ ਓਏ ਇਸ ਖੋਟੇ ਦੌਰ ਦੇ ਹੁਸੈਨ ਦੇ ਕੰਮ ਵਿੱਚ ਰੋਣਾ ਲਿਆ ਉਹ ਸ਼ਹਿਦਾ ਬਲੋ ਰੇ ਉਹ ਬੁੱਧ ਕਾ ਨਾ ਸਾਇਆ ਤੇ ਸਰਾਂ ਦੇ ਕੈਮਰੇ ਵਿੱਚ ਜਾਰੀ ਕਰ ਦਿੱਤੀ ਆਵਣ ਜਾਂ ਦਰ ਵੀ ਆਪਣਾ ਜਾਂ ਧੀ ਉਠਾ ਸ਼ਬੀਰ ਫਰਮਾਇਆ ਸਰ ਜਾ ਦੀਨ ਨਾਲਾ ਇੱਕੇ ਹੱਥ ਨਾਲ ਕੋਈ ਕੰਮ ਨਾ ਕਰ ਇੱਕ ਹੱਥ ਦੀ ਪੁੱਤਰ ਚਾ ਇੱਕ ਉਂਗਲੀ ਨਾਲ ਦੀਦਾ ਤਰਵਾ ਦਾ ਮਹਿਮਤ ਕਰੂ ਨਾ ਤਾਲਾ ਮੈਂ ਲੈਣਾ ਚਾਬੀ ਮੈਂ ਲੈਣਾ ਧੀ ਤੂੰ ਮੈਂ ਦੇ ਸੱਚਾ ਸੀ ਮੇਰੀ ਧੀ ਮੇਰੇ ਗੱਲ ਚ ਪੈਸੀ ਪਾਈ ਮੈਂ ਪੈਸਾ ਧੀ ਦੇ ਗੱਲ ਚ ਪਾਈ ਸਾਡੇ ਪੀਰੂ ਤੇ ਧੀ ਦੇ ਭੈਣ ਬਖਸ਼ੇ ਤੂੰ ਮੌਕਾ ਪਾ ਕੇ ਕੋਲੋਂ ਗੁਜ਼ਰ ਜਾਸੇ ਮੇਰੀ ਧੀ ਕੋ ਪਤਾ ਨਾ ਲੱਗ ਸੀ ਆਹੋ ਮੇਰੀ ਸ਼ੈਣ ਦੇ ਕੰਮ ਵਿੱਚ ਉਹ ਬਣਾ ਲਿਓ ਕਿਵੇਂ ਹੋਇਆ ਮੌਲਾ ਨੇ ਚਾਬੀ ਚਾਹੀ ਚਾਬੀ ਚਾ ਕੇ ਧੀ ਦੇ ਸਾਹਮਣੇ ਆ ਖੜੇ ਬਿਮਾਰ ਇਹਨੇ ਸਾਹਮਣੇ ਬੈਠੀ ਹੋਈ ਬਿਮਾਰ ਇੱਕ ਚਾਬੀ ਬਾਬਾ ਨੇ ਬਣਾਇਆ ਹੈ ਇਹਨੇ ਸਾਹਮਣੇ ਬੈਠੀ ਨੇ ਹੱਕ ਪੜਨਾ ਇਹਨੂੰ ਹੱਥ ਇਹਨੇ ਸਾਹਮਣੇ ਬਤਾਵੇ ਆ ਇਹ ਹੱਥ ਹੀ ਤੇਨੂੰ ਬਤਾਇਆ ਇਹ ਬੈ ਪਾਸੇ ਹੱਥ ਕਰਕੇ ਦੀ ਚਾਬੀ ਮੈਂ ਕੋਡੇ ਅਕਬਰ ਦਾ ਬਾਬਾ ਚਾਬੀ ਮੈਂ ਕੋਲੇ ਅਸਮਰ ਦਾ ਬਾਬਾ ਚਾਬੀ ਮੈਂ ਕੋਲੇ ਸੱਜਾਦ ਦਾ ਬਾਬਾ ਚਾਬੀ ਮੈਂ ਕੋਲੇ ਆਲੀਆ ਦਾ ਵੀਰ ਚਾਬੀ ਮੈਂ ਕੋਲੇ ਬੀ ਔਲਾਦ ਭੇਣ ਦਾ ਵੀਰ ਚਾਬੀ ਮੈਂ ਕੋਲੇ ਕੁਬਰਾ ਦਾ ਬਾਬਾ ਚਾਬੀ ਮੈਂ ਕੋਲੇ ਸਕੀਨਾ ਦਾ ਬਾਬਾ ਸਭੀ ਠੰਡਾ ਸਾ ਬਾਖੇ ਤੇ ਸਾਰਿਆਂ ਦਾ ਲੱਗਦਾ ਤੇ ਤੈਨਾਂ ਕੁਝ ਨਹੀਂ ਲੱਗਦਾ ਦੀਵਾਰ ਨਾਲ ਟੱਕਰ ਮਾਰ ਕੇ ਆਦੀ ਹੈ ਜਿੰਨਾ ਮੈਂ ਲੱਗਦਾ ਉਹਨਾਂ ਨੂੰ ਨਾਲ ਲਈ ਮੈਨੂੰ ਮੈਂ ਕੋਲੇ ਕਦੀ ਨੂੰ ਛੁੱਟੀ ਮੈਨੂੰ ਇੱਕ ਮੈਂ ਬਿਮਾਰ ਹਾਂ ਵਾਤ ਮੈਂ ਅਕਬਰ ਦੇ ਚਿਹਰੇ ਦੀ ਆਸ਼ਿਕਾ ਪਿਓ ਤੇ ਧੀ ਦੇ ਰੋਮਣ ਦੀਆਂ
ਵਾਸਤੇ ਔਖਾ ਹੈ, ਹੁਸੈਨ ਵਾਸਤੇ ਗਰੀਬ ਵੀ ਔਖਾ ਹੈ। ਹੁਸੈਨ ਦੀ ਮਾਂ ਦੀ ਸ਼ਕਲ ਵਾਲੀ ਤੈਨੂੰ ਮੇਰੀਆਂ ਧੀਆਂ ਕੋ ਬਚਾਉ ਵਾਸਤੇ ਛੋੜੇ ਜਾਂਦੇ ਹਨ। ਬਸ ਪਿਓ ਤੇ ਧੀ ਦੀਆਂ ਕੁੰਕਾਂ ਵਧੀਆਂ, ਅਸਲ ਦੀ ਮਾਂ ਦਾ ਕੋਲੋਂ ਗੁਜ਼ਰ ਹੋਇਆ। Thank you.
ਪਿਛਲੇ ਦੌਰਾਂ ਚ ਪੜਦੇ ਅਸੀਂ ਬਹੁਤ ਵੱਡਾ ਮਸਾਇਕ ਦਾ ਰੱਬ ਭਾਈ ਮਦੀਨੇ ਤੋਂ 3 ਮੀਲ ਦੇ ਫਾਸਲੇ ਤੇ ਹੁਸੈਨ ਦਾ ਕਿਆਮ ਕਰਨਾ ਤੇ ਅਕਬਰ ਦਾ ਆਖਰੀ ਅਜ਼ਾਨ ਦੇਣਾ ਬਿਮਾਰ ਦਾ ਤੁਰਨਾ ਹੁਸੈਨ ਦੀ ਨਜ਼ਰ ਪਾਉਣੀ ਤੇ ਆਖਣਾ ਅਕਬਰ ਭੇਣ ਵੱਲੀ ਵੇਂਦੀ ਇਹੀ ਸੰਤਾ ਮਾਂ ਦੀ ਬੋਲ ਨਾ ਬੋਲ ਤੇਰੀ ਮਰਜ਼ੀ ਹੈ ਬੰਦੇ